ਸਟਾਰ ਵੀ ਕੀਤੇ ਜਾ ਰਹੇ ਹਨ। ਆਸਟ੍ਰੇਲੀਆ ਦੀ ਸਟਾਰ ਭੇਜਿਆ ਧੰਨਵਾਦ। ਪਹਿਲਾ ਸਕੋਰ ਸੀਨੋ ਨੂੰ ਮਿਲ ਗਿਆ। ਰੇਂਜਰ ਸਾਈਕਲ ਦੇ ਤੋਂ ਵੀ ਵੱਡੇ ਜਿਹੜੇ ਮਾਨ ਸਨਮਾਨ ਫੋੜਦੇ ਸੋਨੂ ਰਾਣਾ ਆਸਟ੍ਰੇਲੀਆ ਨੇ ਸਟਾਰ ਭੇਜਿਆ ਧੰਨਵਾਦ। ਪਹਿਲਾ ਰਾਉਂਡ ਹੀ ਆ, ਪਹਿਲਾ ਰਾਉਂਡ ਵੀਰੇ ਜਿਹਨਾਂ ਦਾ ਮੈਚ ਪਹਿਲੇ ਰਾਉਂਡ ਦੇ ਪਟਾਕੇ ਗਲਾਬ ਦੇ ਨੇੜੇ ਰਹਿਣਗੇ ਆਪਣੇ ਮੈਚਾਂ ਦੇ ਹਿਸਾਬ ਦੇ ਨਾਲ। ਇਹ ਟੀਮਾਂ ਮੈਚਾਂ ਦੇ ਨੇੜੇ ਤੇੜੇ ਰਹਿਣਗੀਆਂ, ਬਹੁਤ ਵਧੀਆ ਮੈਚ ਜਿਹੜੇ ਖੇਡੇ ਰਹਿਣਗੇ। 0-1 ਸਕੋਰ ਆ ਜੀ, 0-3 ਖਿਡਾਰੀ ਜਿਹੜੇ ਪਹੁੰਚ ਹੋਏ ਆ। ਯੂਪੀ ਸ਼ਾਸਤਰੀ ਕੈਮਰੇ ਨਹੀਂ ਹੈ ਜੀ, ਓਪੀ ਮਟਾਰ ਇਹ ਦੋਵੇਂ ਟੀਮਾਂ ਬਾਈ ਜੀ 3 ਨੰਬਰ ਗਰਾਊਂਡ ਤੇ ਆ ਜੀ। ਓਪੀ ਮਟਾਰ ਤੇ ਛੋਟੂ ਮਾਜਰਾ ਆਇਆ ਵੀ ਆਇਆ ਜੀ, ਆ ਮੈਚ ਨੂੰ ਸ਼ੇਅਰ ਕਰੋ ਬਾਕੀ ਗੱਲਬਾਤ ਫੇਰ ਕਰਾਂਗੇ ਵੀਰੇ। ਆ ਮੈਚ ਦੇ ਰਿਲੇਟਡ ਗੱਲਾਂ ਕਰਾਂਗੇ ਜੀ। ਤੇ ਬਨੋਦਾ ਇੱਕ ਮਿੰਟ ਦਾ ਬਾਈ ਸਾਹਿਬ ਟੀਮੋ ਕੋ ਓਪੀ ਮਟਾਰ ਔਰ ਬਨੋਦੇ ਦੀ ਟੀਮ ਬਾਈ ਸਾਹਿਬ 3 ਨੰਬਰ ਗਰਾਊਂਡ ਤੇ ਪਹੁੰਚੇ। ਲਾਈਵ ਵੀਰੇ ਹਰਿਆਣਾ ਸਪੋਰਟਸ ਸ਼ੂਟਿੰਗ ਵਾਲੀਬਾਲ ਲਾਈਵ ਤੇ ਮਾਲਵੇਲਾ 2 ਲਾਈਵ ਹੋ ਰਹਾ ਜੀ। ਬਹੁਤ ਤਕੜਾ ਮੈਚ ਆ ਬਾਈ, 2-0 ਸਕੋਰ ਹੋ ਗਿਆ ਜੀ, 2 ਬਾਬਾ ਲਗਾਉਣਾ। ਬਾਬਾ ਲਗਾਉਣਾ 2, ਦੂਜੇ ਪਾਸੇ ਅਜੇ ਖਾਤਾ ਨਹੀਂ ਖੁੱਲਿਆ ਵੀਰੇ ਇੰਦਰੀ ਟੀਮ ਦਾ, ਅੰਕਿਤ ਪਥਰੇੜੀ ਦਾ 2-0। ਹੈਲੋ ਬਾਈ ਸਾਹਿਬ, ਉਹ ਵੀ ਮਟਾਰ ਦੀ ਟੀਮ 3 ਨੰਬਰ ਗਰਾਊਂਡ ਨੂੰ ਪਹੁੰਚੇ ਬਾਈ ਸਾਹਿਬ, ਪਹੁੰਚ ਗਈ ਜੀ ਮਟਾਰ ਦੀ ਟੀਮ ਆ ਗਈ ਬਾਈ ਜੀ। ਬਾਈ ਜੀ ਬਨੋਦੇ ਦੀ ਟੀਮ ਹੱਥ ਉਠਾਓ ਬਾਈ ਸਾਹਿਬ, ਬਨੋਦਾ ਖੇਲੇ ਬਾਈ ਸਾਹਿਬ ਦੋਨੋਂ ਟੀਮੇ। ਬਾਈ ਜੀ ਜੇਤੂ ਟੀਮ ਦਾ ਰੈਫਰੀ ਚਲਾ ਜਾਏ ਵਾਹ ਜੀ। ਨੰਬਰਦਾਰ ਉਹ ਦੂਜੇ ਮੁੰਡੇ ਨੂੰ ਭੇਜੀ ਉਹਨੇ ਕਮੈਂਟਰੀ ਵਾਲੇ ਨੂੰ, ਆ ਜੂ ਨੇੜੇ ਮੜਾ ਜਾ। ਕਿੱਥੇ ਆ ਉਹ ਸੱਦੇਵਾਲ ਤੋਂ ਆ ਮੁੰਡਾ, ਸੱਦੇਵਾਲ ਸੱਦੇਵਾਲ ਕਹਦੇ ਸੱਦੇਵਾਲੀਆ ਜੋ ਪਰ ਮੈਨੂੰ ਜ਼ਰੂਰ ਸੇਧ ਤੇ ਮਿਲੇ, ਜੇ ਪਨੋਟੀ ਪਾਣੀ ਛੱਡ ਗਿਆ ਕੋਈ ਗੱਲ ਨਹੀਂ ਬੜਾ ਵੀਰ। ਦੋ 0 ਸਕੋਰ ਆ ਮੇਰੇ ਹਿਸਾਬ ਨਾਲ ਤਾਂ ਵੀਰੇ, 2 ਬਾਬਾ ਲਦਾਣਾ, 0 ਉੱਧਰ ਆ ਜੀ। ਬਾਕੀ ਕੋਈ ਨਹੀਂ, ਕਾਪੀ 'ਤੇ ਲਿਖਿਆ ਜਿੰਨੇ ਵੀ ਸਕੋਰ ਹੋਣਗੇ। ਮੈਚ ਨੂੰ ਸ਼ੇਅਰ ਕਰਿਓ, ਬਹੁਤ ਤਕੜਾ ਮੈਚ ਆ ਵੀਰੇ। ਮੈਨੂੰ ਕਮੈਂਟਰੀ ਵਾਲਾ ਲਾ ਲੈਣ ਤੋਂ ਨੇੜੇ, ਫਿਰ ਕਰਾਵਾਂਗੇ 9 ਮਿੰਟਾਂ ਵੀਰੇ, ਵੇਟ ਕਰਿਓ ਜੀ। ਬਾਬੇ ਕਹਿੰਦੇ ਲੁਧਿਆਣੇ ਦੀ ਟੀਮ ਇੱਕ ਵੱਡੀ ਟੀਮ ਬਣਦੀ ਹੈ ਜਦੋਂ ਜਦੋਂ ਮੁੰਡੇ ਖੇਡਣ ਆਉਂਦੇ ਆ। 2-0 ਸਕੋਰ ਜੀ, ਵਾਹ ਜੀ ਵਾਹ, 2-0 ਪੁਆਇੰਟ ਆ ਜੀ। 0-2 ਚੇਂਜ, ਲਾਈਵ ਰੇ 4 ਲਾਈਵ ਆ ਜੀ, 4 ਲਾਈਵ ਰੇ ਟੋਟਲ। ਬਹੁਤ ਤਕੜਾ ਮੈਚ ਆ ਵੀਰੇ, ਸ਼ੇਅਰ ਕਰੀ ਚਲੋ ਸਾਰੇ ਵੀਰ। 1-2 ਸਕੋਰ ਹੋ ਗਏ ਜੀ, 1 ਅੰਕਿਤ ਫਰੇੜੀ, 2 ਬਾਬਾ ਗੌੜਾ। ਰਵੀ ਦਾ ਮੈਚ ਰਹਿੰਦਾ ਜੀ, ਗੋਰੂ ਕਮੋਜ ਜੀ ਵਧੀਆ ਜੀ। ਪਹਿਲਾ ਰਾਉਂਡ ਆ ਵੀਰੇ, ਪਹਿਲੇ ਰਾਉਂਡ ਦੇ ਪਟਾਕੇ ਨੇ ਜੀ, ਚੌਧਰੀ ਸਾਬਿਰ ਹਮੀਦਾ ਜੀ, ਪਹਿਲੇ ਰਾਉਂਡ ਦੇ ਪਟਾਕੇ ਜੀ। ਸਾਰੀ ਕੀ ਸਾਰੀ ਟੀਮ 2-1 ਸਕੋਰ ਆ ਜੀ,
ਹਾਂਜੀ ਹਾਂਜੀ ਦੇਵਾ ਹੈਗਾ ਸਕੋਰਿੰਗ ਤੇ ਬਿਲਕੁਲ ਜੀ, ਜੱਸਾ ਨਹੀਂ ਆਇਆ ਜੀ, ਗਗਨ ਸ਼ਰਮਾ ਕੈਨੇਡਾ ਜੀ ਸਕੋਰਿੰਗ ਤੇ ਦੇਵਾ ਬਾਬੇ ਲੁਧਿਆਣੇ ਦੀ ਟੀਮ ਦੇ ਚਰਚੇ ਕਹਿੰਦੇ ਵੱਡੇ ਹੁੰਦੇ ਆ ਮੇਰੇ ਮਿੱਤਰ, ਪਹਿਲਾਂ ਹੁਣ ਵੀ ਕਹਿਣਾ ਨੰਬਰਦਾਰ ਜੇ ਇੰਦਰੀ ਟੀਮ ਅੱਜ ਪਹਿਲਾ ਪ੍ਰਾਈਜ਼ ਜਿੱਤੇ 32,000 ਦਿੱਤਾ ਜਾਣਾ ਨਾਫੀ ਪਾਲਵਲ ਵੱਲੋਂ, ਜੇ ਟੀਮ ਅੱਜ ਇੰਦਰੀ ਦੀ ਪਹਿਲੇ ਨੰਬਰ ਇੰਦਰੀ ਦੀ ਪਹਿਲੇ ਨੰਬਰ ਤੇ ਆਉਂਦੀ ਆ 32,000 32,000 ਰੁਪਇਆ ਨਾਫੀ ਪਾਲਵਲ ਨਾਫੀ ਪਾਲਵਲ ਉਹੀ ਸਾਡਾ ਕਹਿੰਦਾ ਆਪਾਂ 32,000 ਰੁਪਇਆ ਦੇ ਕੇ ਵੱਡਾ ਮਾਣ ਕਰਾਂਗੇ, ਜੇ ਇੰਦਰੀ ਦੀ ਟੀਮ ਅੱਜ ਪਹਿਲੇ ਨੰਬਰ ਤੇ ਆਉਂਦੀ ਆ ਵੱਡੇ ਮਾਣ ਸਨਮਾਨ ਜਿਹੜੇ ਹੋਣਗੇ ਮੇਰੇ ਮਿੱਤਰੋ, ਪਹਿਲਾਂ ਕਹਿੰਦੇ ਲੱਗਣਗੇ ਟਿਕਾਣੇ ਆਓ ਬਾਏ ਸੋਹਣਿਆ ਰੌਣਕ ਮੇਲਾ ਭਰਾਉਣ ਦੇ ਲਈ ਇਸ ਮੇਲੇ ਦਾ ਪਹੁੰਚਿਆ, ਬਹੁਤ ਵੱਡਾ ਮੈਂ ਧੰਨਵਾਦ ਕਰਦਾ ਬੜੇ ਮੇਰੇ ਹਿਸਾਬ ਨਾਲ ਦੋ ਬਰਾਬਰ ਸਕੋਰ ਆ ਜੀ ਪਤਾ ਕਰ ਲਿਆ ਪਰਜੋ ਉਹ ਵੀ ਪਹੁੰਚੇ, ਬਹੁਤ ਬਹੁਤ ਧੰਨਵਾਦ ਲਓ ਸਾਹਮਣੇ ਮੇਰੇ ਵੀਰੋ, ਸੱਤੇ ਦਾ ਮੈਚ ਨਹੀਂ ਹੋਇਆ ਜੇ ਰਾਜੀਪ ਲਓ ਵੀ ਜੇ ਕੋਈ ਟੀਮ ਅਜੇ ਸੱਤਾ ਮਿਲਿਆ ਵੀ ਨਹੀਂ ਮੈਨੂੰ ਸ਼ਾਇਦ ਨਾਮ ਹੈ ਸੱਤਾ ਵੀਰੇ, ਇੰਦਰੀ ਦਾ ਮੈਚ ਕੈਮਰੇ ਸਾਹਮਣੇ ਜੀ ਬਾਬੇ ਲਾਣੇ ਨਾਲ ਬਰਸੀਕਰੀ ਰਾਮ ਰਾਮ ਜੀ ਭਾਈ ਜਾਦਵ ਜੀ, ਸਕੋਰ 3 ਦਾ ਹੋ ਗਿਆ ਵੀਰੇ, 3 ਅੰਕ ਤੇ ਪਤਰੇੜੀ 2 ਬਾਬਾ ਕੌੜਾ, ਮਨਜੀਤ ਲੋਨ 3 ਨੰਬਰ ਗਰਾਊਂਡ ਤੇ ਪਹੁੰਚੇ ਆ ਸਾਹਿਬ ਮਨਜੀਤ ਲੋਨ, ਬਹੁਤ ਵੱਡਾ ਧੰਨਵਾਦ ਕਰਦਾ ਮੈਂ ਦਲਸੇਰ ਬਰਸੀਕਰੀ ਦੇ ਬਹੁਤ ਪੁਰਾਣੇ ਖਿਡਾਰੀ ਹੈ ਦਲਸੇਰ ਛੋਟੂ ਮਾਜਰਾ ਆਇਆ ਵੀਰੇ ਬਰਸੀਕਰੀ ਦੀ ਚੰਡੀਗੜ੍ਹ ਪੁਲਿਸ ਦੇ ਵਿੱਚ ਵਧੀਆ ਵਧੀਆ ਵੀਰੇ ਵੱਡੀ ਜਗ੍ਹਾ, ਬਹੁਤ ਵੱਡਾ ਧੰਨਵਾਦ ਕਰਦਾ ਮੈਂ ਬਰਸੀਕਰੀ ਦੀ ਟੀਮ ਦੇ ਕਹਿੰਦੇ ਪੁਰਾਣੇ ਖਿਡਾਰੀ ਬੱਚੀ ਲਦਾਣਾ ਭਾਈ ਮੇਰੇ ਪਾਸ ਕਮੈਂਟਰੇਟਰ ਨਹੀਂ ਆਇਆ ਅਭੀ ਤੱਕ, ਵੇਟ ਕਰੋ ਜੀ ਬਹੁਤ ਬਹੁਤ ਧੰਨਵਾਦ, ਕਮੈਂਟਰੀ ਵਾਲਾ ਮੇਰੇ ਪਾਸ ਹੋ ਜਾ ਆ ਜਾਏਗਾ ਤੋਂ ਅਨਾਉਂਸਮੈਂਟ ਚਾਲੂ ਹੋ ਜਾਏਗੀ ਸਾਰੀ ਬਾਈ, ਰੌਕੀ ਦਾ ਮੈਚ ਨਹੀਂ ਹੋਇਆ ਵੀਰੇ ਲੋਨ 3 ਨੰਬਰ ਗਰਾਊਂਡ ਤੇ ਪਹੁੰਚੇ ਬਾਈ ਹੋਰ 4 ਤੋਂ ਹੋ ਗਏ ਵੀਰੇ, ਉਹ ਤਾਂ ਤੂੰ ਇਹਨੂੰ ਛੱਡਿਆ ਆਇਆ ਕਰੋ ਘਰੇ, ਖੇਡਣਾ ਨਹੀਂ ਕਰਨਾ ਨਹੀਂ ਮੇਰੇ ਖਿਲਾਫ, 4-2 ਜਾਂ 5-2 ਹੈ ਸਤਿ ਸ਼੍ਰੀ ਅਕਾਲ ਜੀ ਸੰਜੀਵ ਗੋਇਲ ਲਾਲਿਆਂਵਾਲ ਜੀ ਸਤਿ ਸ਼੍ਰੀ ਅਕਾਲ, ਜੋਧਪੁਰੀਆ ਨਹੀਂ ਹੈ ਵੀਰੇ, ਨਹੀਂ ਆਈ ਜੀ ਜੋਧਪੁਰੀਆ ਨਹੀਂ ਆਈ ਵੀਰੇ, 2-4 ਚੇਂਜ ਆ ਜੀ, 2 ਬਾਬਾ ਲਗਾਣਾ 4 ਇੰਦਰੀ ਛੋਟੂ ਮਾਜਰਾ ਬਾਈ ਮਟੌਰ ਮੇ ਹੋਏਗਾ ਬਾਈ, 2-4 ਸਕੋਰ ਆਰੀਅਨ ਦੇ ਕੈਨੇਡਾ, ਬਹੁਤ ਵੱਡਾ ਧੰਨਵਾਦ ਤੇ ਨਾਲ ਜਗਦੀਪ ਮਟੌਰ ਮੱਤਾ 2-6 3-4 ਪੁਆਇੰਟ ਹੋ ਗਏ ਜੀ, 3-4 ਵੀਰੇ 3-4 ਰਵੀ ਆਇਆ ਜੱਸਾ ਨਹੀਂ ਆਇਆ ਵੀਰੇ, ਸੁਸ਼ੀਲ ਗੁਪਤਾ ਜੀ ਤੇ ਨਾਲ ਹੀ ਵਧੀਆ ਵਧੀਆ ਅਮਰਿੰਦਰ ਗਵਿੰਦਗੜ੍ਹ ਵਧੀਆ ਵੀਰੇ, ਬਹੁਤ ਵੱਡਾ ਧੰਨਵਾਦ ਦੀਪਾ, 3-4 ਪੁਆਇੰਟ ਹੋ ਗਏ ਜੀ 2-6
ਵਤਨ ਗੁਰੂ ਬਹੁਤ ਤਕੜਾ ਮੈਚ ਆ 3-4 ਮਨਦੀਪ ਜੁੱਕੇ ਨਰਿੰਦਰ ਪੋਨੀਆ ਦੀ ਐਸੇ ਕੈਨੇਡਾ ਕਮਲ ਜੋਕੇ ਅਮਨ ਦਲ ਜੋ ਐਸੇ ਨਾਲੀ ਮਨੀਸ਼ ਜੋ ਐਸੇ ਸਾਰੇ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸਾਡੇ ਵੀਰ ਜੁੱਕੇ ਅਮਰੀਕਾ ਤੇ ਕੈਨੇਡਾ ਵਾਲਿਆਂ ਦਾ ਬਹੁਤ ਵੱਡਾ ਧੰਨਵਾਦ ਕਰਦਾ ਮੈਂ। ਬਾਈ ਜੀ ਇਸ ਗਰਾਊਂਡ ਦੇ ਮੈਚ ਕਿਸ ਕਾਰਨ ਸ਼ਾਸਤਰੀ ਨਹੀਂ ਆਇਆ ਵੀਰੇ? ਸ਼ਾਸਤਰੀ ਨਹੀਂ ਆਇਆ ਜੀ। ਬਹੁਤ ਵੱਡੇ ਮਾਨ ਕਰਦਾ ਬੱਚੀ ਕਹਿੰਦੇ ਲਗਾਣੇ ਵਾਲਾ ਕਹਿੰਦੇ ਜੀ ਅੱਜ ਟੀਮ ਓਏ ਪਸਰੇੜੀ ਵਾਲਾ ਜੀ ਕਹਿੰਦੇ ਜੇ ਪਹਿਲੇ ਨੰਬਰ ਤੇ ਆਉਂਦੀ ਹੈ ਤਾਂ ਮੋਹਿਤ ਦੇ ਮਾਨ ਸਨਮਾਨ ਕਹਿੰਦੇ 500 ਦੇ ਨਾਲ ਕਰ ਦਿਆਂਗੇ। ਵੱਡੇ ਮਾਨ ਸਨਮਾਨ ਹੈ, ਬਹੁਤ ਤਕੜੇ ਕਹਿੰਦੇ ਮੈਚ ਜਿਹੜਾ ਖੇਡਿਆ ਜਾ ਰਿਹਾ ਹੌਂਦਰ ਕਹਿੰਦੇ ਪਟਾਕੇ ਪੈ ਰਹੇ ਕਾਕੇ ਜਿਹੜੇ ਖਹਿ ਰਹੇ। ਮੈਨੂੰ ਲੱਗਦਾ ਵੀ ਸਕੋਰ ਜਿਹੜੇ 4-4 ਦੀ ਬਰਾਬਰੀ ਤੇ ਖੇਡੇ ਜਾ ਰਹੇ ਆ ਜਾਂ 3-4 5 ਮਰਦਾਰੀ ਤੇ ਕਰਾੜ ਦੀਆਂ ਟੀਮਾਂ ਇਧਰ 2 ਨੰਬਰ ਗਰਾਊਂਡ ਦੇ ਅੰਦਰ ਕਹਿੰਦੇ ਮੇਰੇ ਹਿਸਾਬ ਨਾਲ ਤਕੜਾ ਮੈਚ ਹੈ। 5-3 ਹੋ ਗਏ ਵੀਰੇ ਜਦੋਂ ਆ ਸਰਵਿਸ ਦੇਗੀ 2 ਨੰਬਰ ਗਰਾਊਂਡ ਦੀਆਂ ਟੀਮਾਂ ਜਿਹੜੀਆਂ ਉਹ ਲਾਈਨ ਅਪ ਹੋ ਜਾਣਗੀਆਂ ਜੀ। ਜਦੋਂ ਆ ਬਾਲ ਡਿੱਗੀ ਤੇ 2 ਨੰਬਰ ਗਰਾਊਂਡ ਦੀਆਂ ਟੀਮਾਂ ਜਿਹੜੀਆਂ ਉਹ ਲਾਈਨ ਅਪ ਹੋ ਜਾਣਗੀਆਂ ਜੀ। ਉਧਰਲੇ ਪਾਸੇ ਬੱਲੇ ਕਰਾ ਦਿੱਤੀਆਂ ਕਿੰਨੇ ਪਿਆਰੀ ਫੜੀ ਬੈਠੇ ਆ ਤੇ ਹੁਣ ਜਦੋਂ ਬਾਬਾ ਲੰਗਾਣਾ ਤੇ ਇੰਦਰੀ ਫੜੀਆਂ ਪਥਰੇੜੀ ਵਾਲਾ ਬੰਦੇ ਬੱਬਰ ਸ਼ੇਰ ਆਇਆ ਹੋਇਆ ਵਾਕਈ ਕਿੰਨੇ ਅੰਕਿਤ ਆਇਆ ਹੋਇਆ ਪਥਰੇੜੀ ਵਾਲਾ ਕਹਿੰਦੇ ਬੱਲੇ ਕਰਾ ਰਿਹਾ ਬਾਈ ਜੀ ਦੋਨੋਂ ਟੀਮ ਲਾਇਦਾ ਪੋ ਜਾਏ ਬਾਈ ਬਾਬਾ ਵਾਲੇ ਗਰਾਊਂਡ ਦੇ ਆ ਗਏ ਬਾਬਲੀ ਰਾਣੂ ਵੱਲੋਂ ਬਹੁਤ ਵੱਡਾ ਮੈਂ ਧੰਨਵਾਦ ਕਰਦਾ ਮੋਹਿਤ ਆਓ ਜੀ ਕਰੋ ਇੰਟਰੋਡਕਸ਼ਨ ਜੀ। ਇੱਧਰ ਮਾਰੇ ਜ਼ੋਰਦਾਰ ਤਾੜੀਆਂ ਅੱਜ ਦੇ ਸਾਡੇ
ਜੱਸਾ ਨਹੀਂ ਹੈ ਵੀਰੇ, ਨਹੀਂ ਹੈ ਹਰਮਨ ਰਾਣੂ ਜੀ, ਬਹੁਤ ਵੱਡੇ ਧੰਨਵਾਦੀ ਹਾਂ। ਇੱਕ ਛੋਟੀ ਜਿਹੀ ਆਵਾਜ਼ ਤੇ ਸਾਡੇ ਵਿਚਕਾਰ ਪਹੁੰਚੀਆਂ, ਰੱਬ ਨੂੰ ਕੀ ਸਕਦਾ ਸਕੋਰ ਮੇਰੇ ਹਿਸਾਬ ਨਾਲ 5-4 ਆ ਬਈ। ਦਿਲ ਦੀਆਂ ਘੜਾਈਆਂ ਤੋਂ ਧੰਨਵਾਦ ਕਰਦੇ ਹਾਂ ਵੀ ਤੁਸੀਂ ਸਾਡੇ ਵਿਹੜੇ ਆਏ, ਅਸੀਂ ਫੁੱਲੇ ਨਾ ਸਮਾਏ, ਸਾਡੇ ਸਾਰਿਆਂ ਲਈ ਤਰਸੀਪ ਲਿਆਇਆ ਨੂੰ। ਰਣਵੀਰ ਕੁਮਾਰ ਗੁਰਜੀ ਬਹੁਤ ਬਹੁਤ ਧੰਨਵਾਦ। ਮੈਂ ਵੀ ਖਿਡਾਰੀ ਬਣਾ ਵੀਰ ਅਗਲੇ ਪਾਸੇ ਬੈਠ ਜਾਣਗੇ, ਅੰਕਲ ਜੀ ਅੱਗੇ ਬੈਠ ਜਾਓ ਮੇਰਾ ਭਾਈ। ਰਣਵੀਰ ਕੁਮਾਰ ਗੁਰਜੀ ਬਹੁਤ ਬਹੁਤ ਧੰਨਵਾਦ। ਰਣਵੀਰ ਕੁਮਾਲਪੁਰ ਜੀ ਤੇ ਨਾਲ ਹੀ ਬਾਈ ਜੀ ਕਰਾਰ ਦੀ ਟੀਮ ਨੇ ਪੱਤਣ ਲੱਗਿਆ ਜੀ, ਕਰਾਰ ਦੀ ਟੀਮ ਆ ਬਾਈ ਜੀ, ਮਰਧਾਵੀ ਦੀ ਟੀਮ ਕਿੱਥੇ ਸਮਿਤ ਮੇਰਾ ਵੀਰ, ਇੱਕ ਵਾਰੀ ਗਰਾਊਂਡ ਜਾਓ ਮੇਰਾ ਵੀਰ। ਮਰਧਾਵੀ ਵਾਲੇ ਮੁੰਡੇ ਆ ਗਏ ਨੇ, ਆ ਸਾਡੇ ਬੱਬੂ ਨੇ ਬਾਈ ਜੀ, ਆਇਆ ਜੀ ਬਾਈ ਜੀ ਕਰਾਰ ਦੀ ਟੀਮ ਜੀ। ਨਹੀਂ ਨਹੀਂ 5-4 ਹੋਗੇ ਮੇਰੇ ਹਿਸਾਬ ਜੀ, 3 ਤੋਂ ਪੱਕੇ ਆ। ਹੈਰ ਕਿਤੇ ਬੱਲੇ ਬੱਲੇ ਹੋਈ ਜਾਂਦੀ ਹੈ, 2 ਨੰਬਰ ਗਰਾਊਂਡ ਦੇ ਕਰਿਓ ਸ਼ੇਅਰ ਕਰਿਓ ਵੀਰੇ। ਰਣਵੀਰ ਆਇਆ ਜੀ, ਆਇਆ ਵੀਰੇ ਤੌਰ ਤੇ ਜਿਹੜਾ ਪਹਿਲਾ ਰੌਂਡ ਆ ਜੀ, ਪਹਿਲਾ ਰੌਂਡ ਪ੍ਰਬੰਧਕੀ ਕਮੇਟੀ ਦੇ ਵੱਲੋਂ ਬਹੁਤ ਵੱਡਾ ਜਿਹੜਾ ਧੰਨਵਾਦ ਹੈ, ਤੁਹਾਡੀ ਮਾਣ ਸਨਮਾਨ ਜਿਹੜਾ ਕੀਤਾ। ਓਕੇ ਓਕੇ ਮਣੀ ਓਕੇ ਜੀ, ਫਸਟ ਵਾਲੀਆਂ ਅਨਾਉਂਸਮੈਂਟਾਂ ਫਿਰ ਆਪਾਂ ਫਾਈਨਲ 'ਚ ਕਰਾਵਾਂਗੇ ਵੀਰੇ, ਆ ਮੈਚ ਦੀਆਂ ਅਨਾਉਂਸਮੈਂਟਾਂ ਕਰਵਾਵਾਂਗੇ, ਸਿਰਫ ਫਸਟ ਵਾਲੀਆਂ ਅਨਾਉਂਸਮੈਂਟਾਂ ਫੇਰ ਕਰਾਵਾਂਗੇ ਬਈ। ਵੀਰਵਾਲ ਕਿਹਾ ਮੈਚ ਦੇ ਰਿਲੇਟਡ ਅਨਾਊਂਸਮੈਂਟਾਂ ਬਹੁਤ ਹੋ ਜਾਣਗੀਆਂ, ਫਸਟ ਵਾਲੀਆਂ ਅਨਾਊਂਸਮੈਂਟ ਆਪਾਂ ਬਾਅਦ ਚੋਂ ਨੇੜੇ ਲੱਗੇ ਹੋਏ, ਜੇ ਪਹਿਲਾ ਰਾਉਂਡ ਆ ਬਈ ਕੁਆਟਰ ਕੁਆਟਰ ਦੇ ਲਗਭਗ ਕਰਾਵਾਂਗੇ ਅਨਾਊਂਸਮੈਂਟਾਂ। ਮੈਚ ਜਿਹੜਾ ਖੇਡਿਆ ਜਾ ਰਿਹਾ ਆਪਾਂ ਕਹਿ ਸਕਦੇ ਹਾਂ, ਇੱਕ ਪਾਸੇ ਬਾਬਾ ਗੋੜਾ ਤੇ ਦੂਜੇ ਪਾਸੇ ਕਿਤੇ ਆਪਾਂ ਅੰਕਿਤ ਪਥੇੜੀ ਖੇਡ ਰਹੇ ਹਾਂ। ਬਹੁਤ ਤਕੜਾ ਮੈਚ ਆ ਵੀਰੇ, ਬਹੁਤ ਤਕੜਾ ਮੈਚ ਹੈ, ਬਿਨਾਂ ਚੁੱਲ੍ਹੇ ਤੋਂ ਹੋ ਨਿਕਲਦੀ ਆ ਇਧਰੀ ਵਾਰ ਆਲੇ ਕਿਤੇ ਪ੍ਰੇਮ ਦੇ ਸਰਸਾ ਵਾਰਨਾ ਦਿਲਸਾਦ ਅੱਜ ਨਹੀਂ ਆਇਆ ਬਬਲੀ ਵੀਰੇ, ਦਿਲਸਾਦ ਨਹੀਂ ਆਇਆ, ਕੋਈ ਨੀ ਪਹੁੰਚੇ ਕਰ ਲਾਂਗੇ ਦਿਲਸਾਦ ਕੋਲੇ, ਦਿਲਸਾਦ ਵਿੱਚ ਹੀ ਜੁੜਿਆ ਲਾਈਵ ਤਾਂ ਕਮੈਂਟ ਜ਼ਰੂਰ ਕਰੇ ਦਿਲਸਾਦ ਤਲਵੰਡੀ। ਸਰਸਾ ਵਾਰਨਾ ਦੀ ਟੀਮ 1 ਨੰਬਰ ਗਰਾਊਂਡ ਤੇ ਆ ਗਿਆ ਦਿਲਸਾਦ ਬਾਈ, ਕਿੰਨੇ ਸਕੋਰ ਆ ਜੀ? ਸਕੋਰ ਸਾਂਝੇ ਕਰੀਏ ਜੀ, 2 ਨੰਬਰ ਗਰਾਊਂਡ ਦੇ 3-5 4 ਤੇ 7 ਦੀ ਕਿਤੇ ਵੱਡੀ ਟੱਕਰ ਹੈ, ਉਧਰ ਪ੍ਰੇਮ ਵਰਗੇ ਭਰਾ ਖੇਡ ਰਹੇ ਅੰਕਿਤ ਵਰਗੇ ਵੀਰ, ਇੱਕ ਵੱਡਾ ਇੱਧਰੋਂ ਦੇਖਾਂਗੇ ਮੋਹਿਤ ਵਰਗੇ ਭਰਾ ਕਹਿੰਦੇ, ਇੱਕ ਵੱਡਾ ਸੈੱਟ ਬਣਦਾ ਬਾਬੇ ਕੌੜੇ ਦਾ, ਉਧਰ ਤੱਕਾਂਗੇ ਆਓ ਬਾਬੇ ਲਦਾਣੇ ਵਾਲੇ ਮੁੰਡੇ ਬੱਲੇ ਬੱਲੇ ਘੜਾਣੇ ਖੇਡਦੇ ਮੈਦਾਨ ਦੇ ਬਾਈ। ਸਰਸਾ ਵਾਰਨਾ ਦੀ ਟੀਮ ਕੋਲ 1 ਮਿੰਟ ਬਾਈ ਸਾਹਿਬ, ਵਿਸ਼ੇਸ਼ ਤੌਰ ਤੇ ਤਲਵੰਡੀ ਵਾਲਾ ਲਾਈਵ ਤੇ ਵੱਡਾ ਬੁਲਾਰਾ ਹੋਇਆ ਕਹਿੰਦੇ ਪੰਜਾਬੀ ਮਾਂ ਬੋਲੀ ਦਾ, ਬਹੁਤ ਵੱਡੇ ਧੰਨਵਾਦ ਲਾਈਵ ਜੁੜ ਗਿਆ ਭਰਾ, ਵੱਡੇ ਮੈਚ ਦੀ ਆਓ ਦਰਸ਼ਕ ਵਧੀਆ ਵਧੀਆ ਜੱਸਾ ਜੱਟ ਵਧੀਆ ਵੀਰੇ, ਕਮਾਲ ਖੇਡਦੇ ਮੈਦਾਨ ਦੇ ਅੰਦਰ
ਤਿਆਰੀ ਫੜੀ ਬੈਠਿਆ ਮੁੰਡੇ, ਲੈ ਵੀ ਬਾਬੇ ਕੌੜੇ ਦਾ ਤਿਆਰੀ ਫੜਨੀ ਪੈਣੀ ਹੈ। ਫਿਰ ਗੱਲ ਬਣਨੀ ਹੈ ਖੇਡਦੇ ਮੈਦਾਨ ਦੇ ਅੰਦਰ, ਜ਼ੋਰ ਪੂਰਾ ਲੱਗਿਆ ਚੋਪਰਾ ਦਾ। ਗਗਨ ਬੱਲ ਹਲਵਾਰਾ ਕੈਨੇਡਾ, ਵਧੀਆ ਗਗਨ ਬਾਈ ਜੀ, ਕੀ ਹਾਲ ਆ ਜੀ? ਵੀ ਕੰਡਾ ਗਗਨ ਬੱਲ ਹਲਵਾਰਾ ਕੈਨੇਡਾ, ਇੰਨਾ ਜਿਸਮ ਕਠੋਰ ਚੋਪਰਾ ਦਾ, ਵੀ ਚੜੀ ਸਕੋਰ 4-7 ਆਵਰੇ। ਹਉ ਲਲਕਾਰੇ ਤਾਂ ਵੱਜਦੇ, ਰਾਜੇ ਖੇਲੇ ਮਰਦ ਮਦਾਨੋ, ਕਦੇ ਡਰ ਕੇ ਨੀ ਭੱਜਦੇ। ਹਉ ਵਾਕੀ ਕਦੇ ਸਵਾਰ ਭੱਲੇ ਭੱਲੇ ਬਾਬਾ 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 ਤੇ ਅੰਕਿਤ ਚਾਰ-7 ਬਹੁਤ ਤਕੜਾ ਮੈਚ ਆਓ ਜਿਹੜਾ ਖੇਡਿਆ ਜਾ ਰਿਹਾ ਮੇਰੇ ਵੀਰੇ, ਉਹ ਖੇਡਦੇ ਮੈਦਾਨ ਦੇ ਅੰਦਰ ਐਣ ਕਹਿੰਦੇ ਸਵਾਦ ਜਿਹੜਾ ਵੱਜਿਆ ਹੋਇਆ ਵੀ ਗਿੱਦੜੀ ਜਨਮ ਦਿੰਦੀ ਹੈ ਸਦਾ ਗਿੱਦੜ ਨੂੰ, ਪੈਦਾ ਕਰੇ ਸ਼ੇਰ ਵੀ ਜਿਹੜੀ ਮਿੱਟੀ ਦੇ ਵਿੱਚ ਹੁੰਦੀ ਹੈ ਗਿੱਲ ਜਾਵੇ ਉੱਥੇ ਢੇਰਦੀ, ਅੱਜ ਕੁੰਡਿਆਂ ਦੀ ਝਾੜਦੀ ਹੈ ਦਿਨ, ਮੱਸਿਆ ਪੈਦਾ ਕਰਦੀ ਹੈ ਸਦਾ ਹਨੇਰ ਵੀ, ਅੱਜ ਜਿਹੜੇ ਮਾਪਿਆਂ ਨੇ ਕੀਤੀ ਹੁੰਦੀ ਹੈ ਤਪੱਸਿਆ, ਉਹਨਾਂ ਦੇ ਘਰ ਹੁੰਦੇ ਆ ਪੁੱਤ ਪਲੇਅਰ ਵੀ, ਉਹਨਾਂ ਦੇ ਘਰ ਪੈਦਾ ਹੁੰਦੇ ਆ ਆਓ ਪੁੱਤ ਪਲੇਅਰ ਵੀ, ਉਹਨਾਂ ਦੇ ਘਰ ਹੁੰਦੇ ਆ ਨਵੰਬਰ ਬਹੁਤ ਬਹੁਤ ਧੰਨਵਾਦ ਬਾਈ ਜੀ। ਲੋਨ ਦੀ ਟੀਮ ਆ ਗਈ ਤੇ ਖੜਾ ਕਰੋ ਜੀ ਲੋਨ ਸਾਰੀ ਨਹੀਂ ਆਇਆ ਜੀ ਪਿੰਦਰ ਵੀਰੇ, ਵੈਲਕਮ ਜੀ। ਬਹੁਤ ਤਕੜਾ ਮੈਚ ਆਓ ਖੇਡਿਆ ਜਾ ਰਿਹਾ ਮੇਰੇ ਆਓ ਜਿਹੜੀ ਹੋ ਚੁੱਕੀ ਹੈ 6 ਤੇ ਮੈਨੂੰ ਲੱਗਦਾ ਵੀ 7 ਹੋ ਗਏ ਹੈ, ਇੱਧਰ 8 ਹੋ ਗਏ 6-8 ਠੀਕ ਹੈ 6-8 ਪਾਣੀ ਜੀ 8 ਸੇ ਬਾਬਾ ਲਗਾਣਾ 8-3 ਬਾਬਾ ਕੋੜਾ ਦੇ ਲਾਈਵ ਹਰਿਆਣਾ ਸਪੋਰਟਸ ਸ਼ੂਟਿੰਗ ਵਾਲੀਬਾਲ ਲਾਈਵ ਹੋਵੇ ਸਕੋਰ ਜਿਹੜੇ 8 ਬਣੇ ਹੋਏ ਆ ਮੇਰੇ ਵੀਰੋ ਖੇਡਦੇ ਮੈਦਾਨ ਦੇ ਅੰਦਰ ਖੇਡਦੇ ਮੈਦਾਨ ਦੇ ਅੰਦਰ ਬਾਈ ਜੀ ਲੋਨ ਕੀ ਟੀਮ ਆ ਗਈ ਲੋਨ ਕੀ ਟੀਮ ਬਿੰਦਰ ਰੱਖੀਆ ਰਾਮ ਰਾਮ ਜੀ ਬੱਬੂ ਫੋਟੋ ਰਹਿੰਦੇ ਪਲੇਅਰ ਕਿੱਥੇ ਸਮਿਤ ਜੇ ਕਹੋ ਤਾਂ ਮੇਰਾ ਵੀਰ ਗੱਡੀ ਨੂੰ ਵਾਰ ਮਾਰ ਲੈਣਾ ਯਾਰ ਮੈਂ ਪਹਿਲਾਂ 10-15 ਵਾਰੀ ਬੋਲਦਾ ਦੋ ਤੇ ਟੀਮ ਮੰਗਾ ਲਈਆਂ ਤੁਹਾਡੇ ਨਾਲ ਜੇ ਹੁਣ ਵੀ ਨਹੀਂ ਆਪਾਂ ਮੈਚ ਖੇਡਾਂਗੇ ਮੇਰਾ ਵੀਰ ਖੇਡਾਂਗੇ ਕਦੋਂ ਯਾਰ 10 ਵੱਜ ਕੇ ਦੇ ਲਏ ਮੈਚ ਆਪਣੇ ਕੋਲ 5-7 ਹੋਏ ਨੇ ਮੇਰਾ ਵੀਰ ਬਾਕੀ ਸਮਾਂ ਜਿਹੜਾ ਬਹੁਤ ਹੋ ਚੁੱਕਿਆ ਟੀਮਾਂ ਥੋੜ੍ਹਾ ਜਿਹੜਾ ਸਾਥ ਦੇਣਗੀਆਂ ਵੀਰ ਬਣ ਕੇ ਇੱਕ ਬਹੁਤ ਵੱਡਾ ਕਰਾਇਆ ਗਲਤ ਗੱਲ ਹੈ ਟੀਮਾਂ ਵਾਸਤੇ ਜਿਹੜੀਆਂ ਨਾ ਲੇਟ ਆਉਂਦੀਆਂ ਨੇ ਬਰਸਿਕਰੀ ਦੀ ਟੀਮ ਹੈ ਬਾਈ ਜੀ ਜਿੰਨੇ ਪੰਜਾਬ ਦੇ ਟੂਰਨਾਮੈਂਟ ਹੁੰਦੇ ਆ ਇਹ ਕੋਈ ਤਰੀਫ਼ ਨਹੀਂ ਕਰਦਾ ਇਹਨਾਂ ਦੇ ਬਾਈਆਂ ਨੇ ਮੈਨੂੰ ਬੁਲਾ ਲਿਆ ਤੇ ਮੈਂ ਤਰੀਫ਼ ਕਰਦਾ ਜੋ ਸਗਾਉਂ ਦੀ ਟੀਮ ਹੈ ਸਾਸਰੀ ਨਹੀਂ ਆਈ
ਜੋ ਜਿੰਨਾ ਵੀ ਟੂਰਨਾਮੈਂਟ ਹੁੰਦੇ ਵਾ ਟਾਈਮ ਕੇ ਸਿਰ ਪਹੁੰਚਿਆ ਪਿਆ ਜੇ। ਪਰ ਯਾਰ ਅੱਜ ਟੀਮਾਂ ਦੀ ਬਹੁਤ ਗਲਤ ਗੱਲ ਹੈ, ਜੋ ਇੰਨਾ ਵਧੀਆ ਟੂਰਨਾਮੈਂਟ ਖਰਾਬ ਕਰੀਏ ਇਹ ਟੀਮਾਂ ਵਾਸਤੇ ਬਹੁਤ ਜ਼ਿਆਦਾ ਗਲਤ ਗੱਲ ਹੈ ਜੀ। ਛੇ ਸਕੋਰ ਬਾਬਾ ਲਗਾਉਣਾ, ਨੌ ਛੇ ਸ਼ੇਰੂ ਢਾਬਾ ਨਹੀਂ ਆਇਆ ਜੀ, ਨੌ ਛੇ ਤੋਂ ਸਾਈਡਾਂ ਚੇਂਜ ਆਵਰੇ, ਨੌ ਅੰਕਿਤ ਫੁਲੜੀ, ਛੇ ਬਾਬਾ ਕੌੜਾ। ਉਧਰ ਬਾਬਾ ਕੌੜਾ ਦੇ ਸਕੋਰ ਜਿਹੜੇ ਮੈਨੂੰ ਲੱਗਦਾ ਵੀ ਛੇ ਬਣੇ ਹੋਏ ਆ, ਇੱਧਰ ਸਕੋਰ ਜਿਹੜੇ ਨੌ ਬਣੇ ਹੋਏ ਆ, ਅੰਕਿਤ ਦੇ ਸਕੋਰ ਜਿਹੜੇ ਨੌ ਬਣੇ ਹੋਏ ਆ, ਨੌ ਸਕੋਰ ਤੋਂ ਬਾਅਦ ਸਾਈਡਾਂ ਜਿਹੜੀਆਂ ਚੇਂਜ ਹੋ ਚੁੱਕੀਆਂ ਨੇ। ਉਧਰ ਬਹੁਤ ਵੱਡਾ ਤੁਹਾਡਾ ਧੰਨਵਾਦ ਕਰਦਾ ਮੈਂ ਆਰੀਅਨ ਬੁੱਲ ਕਨੇਡਾ, ਕੈਨੇਡਾ ਦੇ ਵਿੱਚ ਰਹਿੰਦਾ ਆਰੀਅਨ ਕਹਿੰਦੇ, ਬਹੁਤ ਵਧੀਆ ਇਨਸਾਨ ਤੇ ਬਹੁਤ ਵੱਡੇ ਜਿਹੜੇ ਸਹਿਯੋਗ ਨੇ ਅੱਜ ਦੇ ਮੇਲੇ ਦੇ ਲਈ, ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਅੱਜ ਦੇ ਵੱਡੇ ਮੇਲੇ ਦੇ ਲਈ, ਵੱਡੇ ਮਾਣ ਸਤਿਕਾਰ ਜਿਹੜੇ ਭੇਜੇ ਨੇ ਤੇ ਨਾਲ ਹੀ ਬਹੁਤ ਵੱਡਾ ਧੰਨਵਾਦ ਹੈ ਨੰਦਾ ਜੀ ਐਸ ਏ ਬਾਈ ਸਾਡਾ ਜਗਦੀਪ ਜਗਦੀਪ ਮਟਾਰ ਜੀ ਐਸ ਏ ਨੰਦਾ ਜੀ ਐਸ ਏ ਜਿਹੜੇ ਵੀਰ ਦੇ ਵੱਲੋਂ ਅੱਜ ਕਹਿੰਦੇ ਸੀਨੋ ਦੇ ਨਾਲ ਕਹਿੰਦੇ ਸੇਤੀ ਦਾ ਸਨਮਾਨ ਕੀਤਾ ਜਾਣਾ ਹੈ, ਬਹੁਤ ਬਹੁਤ ਮੁਬਾਰਕਾਂ ਇਹਨਾਂ ਖਿਡਾਰੀਆਂ ਨੂੰ ਵੀ ਅੱਜ ਦੇ ਵੱਡੇ ਮੇਲੇ ਦੀਆਂ, ਬਹੁਤ ਬਹੁਤ ਧੰਨਵਾਦ ਬਾਈ ਜੀ ਦਾ, ਬਾਕੀ ਕਹਿੰਦੇ ਬਹੁਤ ਵੱਡੇ ਧੰਨਵਾਦੀ ਆ ਐਨ ਆਰ ਆਈ ਭਰਾਵਾਂ ਦੇ ਜਿੰਨੇ ਵੀ ਐਨ ਆਰ ਆਈ ਵੀਰ ਇਸ ਖੇਡ ਮੇਲੇ ਦੇ ਲਈ ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਇੱਕ ਇੱਕ ਪੈਸਾ ਜਿਹੜਾ ਭੇਜ ਰਹੇ ਆ, ਬਹੁਤ ਵੱਡੇ ਧੰਨਵਾਦੀਆਂ ਵੱਡੇ ਸ਼ੋਗ ਮੈਦਾਨ ਦੇ ਅੰਦਰ ਬਹੁਤ ਤਕੜਾ ਮੈਚ ਜਿਹੜਾ ਖੇਡਿਆ ਜਾ ਰਿਹਾ ਮੇਰੇ ਵੀਰੇ, ਉਹ ਖੇਡਦੇ ਮੈਦਾਨ ਦੇ ਅੰਦਰ ਵਾਕਈ ਜ਼ੋਰ ਪੂਰਾ ਲੱਗਿਆ ਚੋਪਰਾ ਦਾ ਵੀ ਅਣਜਾਣ ਮਹਿਰਮਾ, ਉਹ ਪਾਈ ਨੀ ਉਹ ਕਦਰ ਪਿਆਰਾਂ ਦੀ ਗੱਲ ਅਣਖਾਂ ਤੇ ਆ ਗਈ, ਨਾ ਕਿ ਜਿੱਤਾ ਹਾਰਾਂ ਦੀ ਵੀ ਕੱਢੇ ਤੋਂ ਵੀ ਸੋਹਣਿਆ ਵਹਿਮ ਨਹੀਂ ਉਹ ਨਿਕਲਦੇ, ਆ ਛਿਉਣੇ ਦੀ ਫੀਲਿੰਗ ਲੈ ਗਏ ਆ ਚਮਚੇ ਪਿੱਤਲ ਦੇ, ਦੱਸ ਕੀ ਚੰਦਰਿਆ ਲਾਉਣੀ ਅੱਗ ਇਹਨਾਂ ਨੋਟਾਂ ਨੂੰ, ਆ ਤੇਰੀ ਚੁੱਪਣੇ ਚੰਦਰਿਆ ਬੋਲਣ ਲਾ ਦਾ ਲੋਕਾਂ ਨੂੰ, ਆ ਤੇਰੀ ਚੁੱਪਣੇ ਚੰਦਰਿਆ ਬੋਲਣ ਲਾ ਦਾ ਲੋਕਾਂ ਨੂੰ, ਲੈ ਵੀ ਮੁੰਡਿਆ ਤਿਆਰੀ ਜਿਹੜੀ ਫੜਨੀ ਪੈਣੀ ਹੈ ਹੌਲੀ ਹੌਲੀ ਕਰਕੇ, ਮੁੰਡੇ ਇੰਦਰੀ ਵਾਲੇ ਰੀੜ ਪੱਟੀ ਬਣਾਉਂਦੇ ਜਾਂਦੇ ਆ, ਤਿਆਰੀ ਫੜਦਾ ਜਾਂ ਡੈਂ ਕਿੱਦ ਤਿਆਰੀ ਫੜਨੀ ਪੈਣੀ ਹੈ ਬਾਬਿਆ, ਫੇਰ ਹੀ ਗੱਲ ਬਣਨੀ ਹੈ ਪ੍ਰੇਮ ਵਰਗੇ ਭਰਾ ਕਹਿੰਦੇ, ਅੱਜ ਪੂਰੇ ਜਾਪਦੇ ਆ ਬੱਲੇ ਬੱਲੇ ਕਰਾ ਰਹੇ ਆ ਖੇਡਦੇ ਮੈਦਾਨ ਦੇ ਅੰਦਰ, ਬੱਲੇ ਬੱਲੇ ਕਰਾ ਰਹੇ ਆ ਕਿਤੇ ਕਹਿੰਦੇ ਅੱਜ ਅਨਵਾਈਟਡ ਖੇਡ ਰਿਹਾ ਮੁੰਡਾ, ਹੈਲੋ ਲਵੀ ਸਰਸਾ ਅੰਗਰੇਜ਼ ਖੇਡੋ ਮੇਰਾ ਵੀਰ, ਮੈਂ ਵੀ ਬਾਲ ਫੜ ਲਓ ਮੇਰਾ ਵੀਰ ਬੰਦਾ, ਸਰਵਿਸ ਕਰ ਲਓ ਮੇਰਾ ਵੀਰ, ਇੱਧਰ ਇੱਕ ਨੰਬਰ ਗਰਾਊਂਡ ਵੀ ਕਹਿੰਦੇ ਜੁੜਦਾ ਸੀਗਾ ਬਾਬੇ ਦੀ ਟੀਮ ਦਾ, ਪਰ ਪ੍ਰੇਮ ਕਹਿੰਦੇ ਇੰਦਰੀ ਵਾਲਾ ਇੱਕ ਕਰ ਗਿਆ ਮੁੰਡਾ ਤੇ ਆਪਣੇ ਟੀਮ ਦੇ ਲਈ ਪੁਆਇੰਟ ਜੋੜ ਦਿੰਦਾ ਯਾਰ, ਇੱਕ ਵਾਰੀ ਤਾੜੀਆਂ ਮਾਰੋ, ਕਿਵੇਂ ਲੱਗਿਆ ਪ੍ਰੇਮ ਦਾ ਕੰਮ ਯਾਰ, ਬਹੁਤ ਤਕੜਾ ਡਿਫੈਂਸ ਮੁੰਡੇ ਨੇ ਕੀਤਾ ਤੇ ਬੱਲੇ ਬੱਲੇ ਹੋ ਰਹੀ ਹੈ ਖੇਡ ਦੇ ਮੈਦਾਨ ਦੇ ਅੰਦਰ, ਮੈਚ ਕਹਿੰਦੇ ਬੜਾ ਚੋਟੀ ਦਾ ਖੇਡਿਆ ਜਾ ਰਿਹਾ ਹੈ,
ਦੋ ਨੰਬਰ ਗਰਾਊਂਡ ਦੇ ਅੰਦਰ ਬਹੁਤ ਤਕੜੇ ਮੈਚ ਦੀ ਸ਼ੁਰੂਆਤ ਆਓ ਜਿਹੜੀ ਹੋ ਚੁੱਕੀ ਆਪਾਂ ਕਹਿ ਸਕਦੇ ਹਾਂ ਬੱਲੇ ਬੱਲੇ ਘੜਾ ਰਹੇ ਸੈਕਿੰਡ ਐਪੀਸੋਡ ਦੀਆਂ ਗੱਲਾਂ ਹੈ ਕੂਚ ਕਰਦੀ ਹੈ ਤੇ ਕਿਹੜੀ ਟੀਮ ਆਓ ਟਾਈਮ ਟਾਈਮ ਨਾਲ ਘਰੇ ਨੂੰ ਮੁੜ ਜਾਂਦੀ ਹੈ ਇਹ ਫੈਸਲੇ ਜਿਹੜੇ ਹੋ ਜਾਣੇ ਮੇਰੇ ਵੀਰੇ ਆਓ ਜਿੱਤਾਂ ਹਾਰਾਂ ਦੇ ਨਾਲ ਫੈਸਲੇ ਅਧੂਰੇ ਰਹਿਣਗੇ ਚੌਦੇ ਮੈਚਾਂ ਦੇ ਪਟਾਕੇ ਵਾਲੇ ਪੂਰੇ ਬਾਬਾ ਤੋਂ ਸੱਤ ਹੋਈ ਲੱਗਿਆ ਨੇ ਪਿੰਡ ਦਾ ਜਿਹੜਾ ਗੱਲ ਸੱਚ ਕਹਿ ਗਿਆ ਹਾਂ ਅੱਜ ਪਤਾ ਲੱਗੂਗਾ ਵੀ ਬਰਸਿਕਰੀ ਦਾ ਕੱਪ ਜਿੱਤ ਕੇ ਹਾਂ ਗੱਲ ਉਹ ਨੀ ਬਣਦੀ ਸੁਣ ਵੀਰ ਜਿਹੜੀ ਉੱਧਰ ਬਣਾ ਲੈਂਦਾ ਬਹੁਤ ਤਕੜੀ ਬਾਲ ਕਹਿੰਦੇ ਮੁੰਡਾ ਲਾ ਗਿਆ ਧੰਨਵਾਦ ਕਰਦੇ ਹਾਂ ਬਹੁਤ ਵੱਡੀ ਕਹਿੰਦੇ ਰਾਸ਼ੀ ਜਿਹੜੀ ਭੁੱਜਦੀ ਹੋ ਗਈ ਹੈ ਸਾਹਮਣੇ ਟੱਕਾਂਗੇ ਖੇਡਦੇ ਵਾਕਈ ਕਹਿੰਦੇ ਸਵਾਦ ਕਹਿੰਦੇ ਅੱਜ ਵਾਲੀਬਾਲ ਦਾ ਪੱਜਿਆ ਹੋਇਆ ਹੈ ਵੀ ਕਹਿੰਦੇ ਜਿਗਰੇ ਤੋਂ ਬਾਲਾਂ ਹਨੇਰਿਆਂ ਚ ਤੀਰ ਵੀ ਚਲਾਉਣੇ ਪੈਂਦੇ ਆ ਆਹ ਸੌਖੇ ਨੀ ਉਹ ਸੁੱਕਿਆ ਮੈਦਾਨ ਜਿੱਤਣੇ ਮੱਥੇ ਚੋਟੀ ਚੋਟੀ ਦੇ ਪਲੇਅਰਾਂ ਨਾਲ ਲਾਉਣੇ ਪੈਂਦੇ ਆ ਵੀ ਸੌਖੇ ਨੀ ਉਹ ਸੁੱਕਿਆ ਮੈਦਾਨ ਜਿੱਤਣੇ ਮੱਥੇ ਚੋਟੀ ਚੋਟੀ ਦੇ ਪਲੇਅਰਾਂ ਨਾਲ ਲਾਉਣੇ ਪੈਂਦੇ ਆ ਅੱਜ ਕਹਿੰਦੇ ਬਸੀਕੜੀ ਦੀ ਧਰਤੀ ਤੇ ਆਓ ਚੋਟੀ ਚੋਟੀ ਦੇ ਪਲੇਅਰ ਚਿਰਾਗ ਯੂਕੇ ਵਾਲਾ ਸਾਡਾ ਵੀਰ ਮਾਨ ਕਰਦਾ ਬਾਬਾ ਖੋੜਾ ਤੇ ਜੇ ਅੱਜ ਟੀਮ ਆਹ ਮੈਚ ਜਿੰਦੀ ਹੈ ਆਹ ਮੈਚ ਜਿੰਦੀ ਹੈ ਤੇ 5100 ਦੇ ਵੱਡੇ ਮਾਨਸਮਾਨ ਹੋ ਜਿਹੜੇ ਬਾਬੇ ਕੋੜੇ ਦੇ ਹੈਲੋ ਲਾਵੀ ਕਹਿੰਦੇ ਇਸ ਮੈਚ ਦੇ ਚੱਲਦੇ ਦੇ ਵਿੱਚ ਮੁੰਡੇ ਕਿੰਨੀ ਵਾਲੀ ਲੀਡ ਬਣਾਈ ਖੜੇ ਆ ਪਰ ਜੇ ਬਾਬਾ ਕੋੜਾ ਲੀਡ ਪੱਟ ਕੇ ਮੈਚ ਜਿਤਾਉਂਦਾ ਤਾਂ ਚਿਰਾਗ ਸਾਡਾ ਵੀਰ USA ਵਾਲਾ ਵੱਡੇ ਮਾਨ ਕਰਦਾ ਵੀ 5100 ਦੀ ਵੱਡੇ ਮਾਨ ਸਨਮਾਨ ਕਰਦਾ ਵੱਡੇ ਮਾਨ ਸਨਮਾਨ ਜਿਹੜੇ ਪੁੱਜਦੇ ਹੋ ਗਏ ਜਿੱਥੋਂ ਮੈਚ ਪੜਦੀ ਹੈ ਤਾਂ ਬਹੁਤ ਵੱਡੇ ਮਾਨ ਸਨਮਾਨ ਜਿਹੜੇ ਹੋ ਜਾਣੇ ਆ ਪਰ ਚੱਲਦੇ ਸਮੇਂ ਦੇ ਵਿੱਚ ਵੱਡੀ ਵਾਲ ਉੱਧਰ ਦੇਖਾਂਗੇ ਬਾਰਾਂ ਸੱਤ ਹੋ ਗਏ ਜੀ ਬਾਰਾਂ ਸੱਤ ਬਾਰਾਂ ਸੱਤ ਬਾਬਾ ਕੌੜਾ ਬਾਬਾ ਲਦਾਣਾ ਦੀ
12 ਤੇ 7 ਦੀ ਵੱਡੀ ਟੱਕਰਾਂ ਮੈਨੂੰ ਲੱਗਦਾ 17 ਪੁਆਇੰਟਾਂ ਦਾ ਮੈਚ ਜਿਹੜਾ ਖੇਡਿਆ ਜਾ ਰਿਹਾ ਹੈ ਹਲੋ ਜਾਂ 19 ਪੁਆਇੰਟਾਂ ਦਾ ਬਾਈ ਜੀ ਸਾਦਿਕ ਜੀ ਫਾਈਨਲ ਦੀ ਅਨਾਉਂਸਮੈਂਟ ਆਪਾਂ ਠਹਿਰ ਕੇ ਕਰਾਵਾਂਗੇ ਜੇ ਪਹਿਲਾ ਰੌਂਡ ਹੈ ਸਾਦਿਕ ਪੋਸਵਾਲ ਜੀ ਮੈਂਬਰ ਕੀ ਟੀਮ ਗਰਾਊਂਡ ਮੇ ਬਾਈ ਜੀ ਫਾਈਨਲ ਤੇ ਆ 200 ਤਾਂ ਆਪਾਂ ਅਜੇ ਠਹਿਰ ਕੇ ਕਰਾਵਾਂਗੇ ਕਿਉਂਕਿ ਅਜੇ ਪਹਿਲਾ ਰੌਂਡ ਆ ਜੀ ਬਾਈ ਜੀ ਮੈਂਬਰ ਫਾਈਨਲ ਦੀ ਅਨਾਉਂਸਮੈਂਟ ਥੋੜਾ ਰੋਕ ਕੇ ਕਰਾਵਾਂਗੇ ਜੀ ਨੰਦਗੜ੍ਹ 'ਚ ਜੌਂਟੀ ਆ ਬਈਏਵਾਲ ਜੀ ਜੀਵਨ ਕਲਾਰ ਜੀ ਸੱਤੇ ਦਾ ਅਜੇ ਪੱਕਾ ਨਹੀਂ ਪਤਾ ਸੁਖਵਿੰਦਰ ਵੀਰੇ ਅਪਡੇਟ ਹੈਗੀ ਜੋਗੀ ਵਾਲੇ 'ਚ ਪਰ ਅਜੇ ਨਹੀਂ ਆਈ ਜੋਗੀ ਵਾਲਾ ਵੀਰੇ ਬਾਈ ਜੀ ਨਰਮਲਗੜ੍ਹ ਤੋਂ ਬਰਸੀਕਰੀ ਨਰਮਲਗੜ੍ਹ ਤੋਂ ਬਰਸੀਕਰੀ ਇੱਕ ਨੰਬਰ ਗਰਾਊਂਡ ਜਾ ਰਹੀ ਅਗਲੇ ਮੈਚ ਲਈ ਬਰਸੀਕਰੀ ਤੋਂ ਨਰਮਲਗੜ੍ਹ ਕਮੈਂਟਰੀ ਤੇ ਵੀਰੇ ਦੋ ਜਾਣਿਆਂ ਦੀ ਇੱਕ ਨੰਬਰ ਦਾ ਧਰੇਰਾ ਇੱਕ ਮੁੰਡਾ ਨਰਿੰਦਰਾ ਸਾਦੇ ਵਾਲੇ ਤੋਂ ਮੁੰਡਾ ਸਿਰਸ ਏਰੀਏ ਤੋਂ ਛੋਟੂ ਆਊਗਾ ਵੀਰੇ ਮਟੌਰ 'ਚ ਆਊਗਾ ਜੀ ਸਾਗਰ ਧਨਕਰ ਜੀ ਇੰਦਰੀ ਦੀ ਟੀਮ ਬਈ ਆਈ ਆ ਬਿਲਕੁਲ ਸਾਹਮਣੇ ਖੇਡ ਰਹੀ ਹੈ ਜੀ ਕੱਲ੍ਹ ਨਹੀਂ ਕੱਲ੍ਹ ਕਹਾਂ ਹੈ ਟੂਰਨਾਮੈਂਟ ਬਈ ਬਾਈ ਜੀ ਨੰਦਗੜ ਦੀ ਟੀਮ ਗਰਾਊਂਡ 'ਤੇ ਲੋਨ ਦੀ ਟੀਮ ਤੋਂ ਇੱਕ ਮਿੰਟ ਬਾਈ ਸਾਹਿਬ ਲੋਨ ਦੀ ਟੀਮ ਸਬਸਕ੍ਰਾਈਬ ਕਰਨੀ ਜਾ ਜੀ ਆ ਕੇ ਬਾਈ ਸਾਹਿਬ ਲੋਨ ਦੀ ਟੀਮ ਪੁਆਇੰਟ ਮੇਰੇ ਹਿਸਾਬ ਨਾਲ 12 7 ਜਾਂ 13 7 ਆ ਵੀਰੇ 12 ਇੰਦਰੀ ਅੰਕਿਤ ਪਥਰੇੜੀ 7 ਉੱਧਰ ਬਾਬਾ ਲਦਾਣਾ ਸੁਖਵਿੰਦਰ ਸੋਈ ਦੇਖਦੇ ਹਾਂ ਕੀ ਬਣਦਾ ਬਈ ਇੱਧਰ 2 ਨੰਬਰ ਗਰਾਊਂਡ ਦੇ ਅੰਦਰ ਵੀ ਬਹੁਤ ਤਕੜਾ ਮੈਚ ਜਿਹੜਾ ਖੇਡਿਆ ਜਾ ਰਿਹਾ ਹੈ ਇਸ ਤੋਂ ਬਾਅਦ ਕਹਿੰਦੇ ਹਾਓ ਭਾਦਰ ਗੜੀਆਂ ਮੈਨੂੰ ਲੱਗਦੀ ਨਹੀਂ ਆਈ ਨਹੀਂ ਆਈ ਨਾਗ ਸਿੱਧੂ ਜੀ ਗੁੱਡਿਆਂ ਦੇ ਨਾਲ ਆਈ ਦੀ ਲੋਨ ਦੀ ਟੀਮ ਐਸਾ ਦਾ ਹੱਥ ਦਾ ਲੋਨ ਦੀ ਟੀਮ ਬਾਈ 2 ਨੰਬਰ ਗਰਾਊਂਡ ਦੇ ਮੈਚ ਹੈ ਸਾਗਰ ਭਾਈ ਉਹਨਾਂ ਕੋ ਮੈਨੇ 15-20 ਦਿਨ ਪਹਿਲੇ ਬੋਲ ਦਿਆ ਤਾਂ ਕਿ ਨਹੀਂ ਆਇਆ ਜਾਏਗਾ ਜੀ ਚਿਰਾਗ ਪੂਰਾ ਵੈਲਕਮ ਜੀ ਵੈਲਕਮ ਕਰੋ ਫੋਨ ਦੇ ਨੰਬਰ 13 7 ਹੋ ਗਿਆ ਜੀ ਜੱਸਾ ਨਹੀਂ ਆਇਆ ਵੀਰੇ ਨਹੀਂ ਆਇਆ ਜੀ ਤਣ ਵੀ 13 ਹੋ ਗਏ 14 ਬਾਈ ਕਿੰਨੇ ਹੋ ਗਏ ਜੀ ਸਕੋਰ 14 ਹੋ ਗਏ ਜੀ ਇੰਜਰੀ ਦੇ ਸਕੋਰ ਦੇ 14 ਹੋ ਗਏ ਦਸੀ ਹੱਥ ਉੱਚਾ ਕਰਕੇ 14 7 ਹੋ ਗਏ 14 ਤੇ 7 ਲੈ ਵੀ ਅੱਧੋ ਅੱਧ ਦਾ ਫਰਕ ਪੈ ਗਿਆ ਬਾਬਿਆ ਤਿਆਰੀ ਫੜਨੀ ਪੈਣੀ ਹੈ ਅੱਧੋ ਅੱਧ ਦਾ ਫਰਕ ਜਿਹੜਾ ਪੈ ਗਿਆ ਇੱਧਰ ਮੁੰਡੇ ਇੰਦਰੀ ਵਾਲੇ ਤਿਆਰੀ ਫੜੀ ਬੈਠੇ ਹੈ ਮੈਨੂੰ ਲੱਗਦਾ ਵੀ ਗੱਡੀਆਂ ਮੜਾਉਣਗੇ ਇਹ ਗੱਲ ਪੱਕੀ ਹੈ ਅੱਜ ਤਿਆਰੀ ਤਿਆਰੀ ਫੜੀ ਬੈਠੇ ਤਿਆਰੀ ਫੜਨਾ ਹੋ ਕੁਝ ਵੀ ਸਕਦਾ ਇੱਥੋਂ ਵੀ ਤਿਆਰੀ ਫੜ ਲੈ ਮੈਚ ਬਦਲਿਆ ਜਾ ਸਕਦਾ ਹੈ ਬਰਸੀਕਰੀ ਕੀ ਟੀਮ ਨਰਮਲਗੜ੍ਹ ਕੀ ਟੀਮ ਆ ਰਿਹਾ ਬਾਈ ਸਾਹਿਬ ਇੱਕ ਨੰਬਰ ਗਰਾਊਂਡ ਮੇ ਬਰਸੀਕਰੀ ਕੀ ਟੀਮ ਕੇ ਲਈ ਆਜ ਖੇਲੇਗਾ ਬਾਦਰਗੜ ਕਾ ਰਵੀ ਪੂਨਾ ਲਦਾਣਾ ਕਿਆ ਹਾਲ ਹੈ ਬਾਈ ਜੀ ਪੂਨਾ ਲਦਾਣਾ ਜੀ ਓਕੇ ਓਕੇ ਜੀ ਰਮੇਸ਼ ਜੀ ਸ਼ੇਰੂ ਨਹੀਂ ਆਇਆ ਜੀ ਹੋਰ ਕਿਤੇ ਆਪਾਂ ਦੱਸਾਂਗੇ ਖੇਡਦੇ ਮੈਦਾਨ ਦੇ ਅੰਦਰ 2 ਨੰਬਰ ਗਰਾਊਂਡ ਦੇ ਅੰਦਰ ਆਏ ਨੀ ਕਹਿੰਦੇ ਬਹੁਤ ਤਕੜਾ ਮੈਚ ਜਿਹੜਾ ਖੇਡਿਆ ਜਾ ਰਿਹਾ ਐਂਡ ਸਵਾਦ ਆਓ ਵਾਲੀਬਾਲ ਦਾ ਬੱਚੇ ਮੇਰੇ ਵੀਰੇ ਅੱਜ ਕੇਥਲ ਜ਼ਿਲ੍ਹੇ ਦੇ ਵਿੱਚ ਦੁਨੀਆ ਆਨੰਦ ਮਾਣ ਰਹੀ ਹੈ ਮੈਚਾਂ ਦਾ ਲਾਈਵ ਤੱਕ ਰਹੀ ਹੈ ਤੇ ਦਰਸ਼ਕ ਕਹਿੰਦੇ ਸਾਰੀ ਦੀ ਸਾਰੀ ਨਜ਼ਰ 2 ਨੰਬਰ ਗਰਾਊਂਡ ਦੇ ਅੰਦਰ ਬੜੀ ਹੋਈ ਦਰਸ਼ਕ ਲੈ ਵੀ ਧੱਕੇ ਬਾਲ ਫੜ ਲਓ ਮੇਰਾ ਵੀਰ
ਪੱਪੂ ਜੀ ਬਾਲ ਰੋਕ ਲਓ ਮੇਰਾ ਫਿਰ ਮੈਚ ਖੇਡ ਲਓ ਜੀ ਸੀਲ ਗੋਇਲ ਜੀ ਧੰਨਵਾਦ ਜੀ ਬਾਈ ਅਪਡੇਟ ਦੇ ਦਿੰਦੇ ਆ ਆ ਕੇ ਕਮੇਟੀ ਸੇ ਪਤਾ ਚੱਲਦੀ ਹੈ ਨਾ ਤੋ ਅਪਡੇਟ ਦੇ ਦਿੱਤੇ ਆ ਬਾਈ ਫਿਰ ਟੀਮ ਨਹੀਂ ਆਉਂਦੀ ਇਸਮੇ ਮਾਰਾ ਤਾਂ ਕੋਈ ਰੈਫਰੀ ਨਹੀਂ ਆਇਆ ਯਾਰ ਦੋਸ਼ ਨਾ ਆਏ ਨਾ ਬਾਈ ਬਾਈ ਜੀ ਬਨੋਟੇ ਦੀ ਟੀਮ ਜਿੱਤੀ ਸੀ ਹੁਣ ਸਿੱਕਰੀ ਚ ਰਵੀ ਨੇ ਖੇਡਣਾ ਬੋਲ ਜੀ ਰਵੀ ਨੇ ਬਾਈ ਜੀ ਬਨੋਟੇ ਦੀ ਟੀਮ ਦਾ ਰੈਫਰੀ ਹਿੰਦੀ ਤਾਂ ਵਾ ਬੱਟ ਕੱਢ ਦਿੱਤੇ ਆ ਬਾਈ ਤਿੰਨ ਨੰਬਰ ਚ ਨੰਦਗੜ੍ਹ ਦਾ ਮੈਚ ਹੈ ਬਾਈ ਜੱਸੇ ਵਰਗੇ ਭਰਾਵਾਂ ਦਾ ਜੁੱਟੀ ਵੀਰ ਖੇਡੇਗਾ ਨਾਲ ਇੱਕ ਵੱਡਾ ਸੈੱਟ ਬਣਿਆ ਹੋਇਆ ਹੈ ਉਹ ਸਾਡੇ ਖਾਸ ਮਿੱਤਰਾਂ ਦੇ ਵਿੱਚ ਰਹੇ ਨੀਸ਼ੂ ਦੇਸਵਾਲ ਸੋਨੂ ਮਲਿਕ ਸੁਰਚੈਨ ਦੇਸਵਾਲ ਵੱਡੇ ਮੇਲੇ ਦੇ ਲਈ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਬਈ ਬਹੁਤ ਬਹੁਤ ਧੰਨਵਾਦ ਜੀ ਲਾਵੀ ਵੀਰੇ ਬੇਨਤੀ ਹੈ ਮੇਰੀ ਸਮਝ ਲੈਂਦੇ ਅਸੀਂ ਪੰਜਾਬੀ ਠੀਕ ਆ ਜੀ ਫਿਰ ਹੁਣ ਪੰਜਾਬੀ ਜੀ ਚਲਾਵਾਂਗੇ ਕੰਮ ਆਪਾਂ ਤਿੰਨ ਤੇ ਲਾਈਵ ਹਰਿਆਣਾ ਸਪੋਰਟਸ ਸ਼ੂਟਿੰਗ ਵਾਲੀਬਾਲ ਲਾਈਵ ਹੈ ਵੀਰੇ ਅੱਜ ਦੇ ਖੇਡ ਮੇਲੇ ਦੇ ਲਈ ਇੰਨਾ ਰਾਜ ਭਰਾਵਾਂ ਦੇ ਕਿਤੇ ਵੱਡੇ ਸ਼ੋਅ ਗਏ ਆ ਕਾਜੂ ਯੂਐਸਏ ਸਾਡਾ ਵੀਰ ਬੈਠਾ ਵੱਡੀ ਮਾਨ ਕਰਦਾ ਨਹੀਂ ਮਿਲਿਆ